ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ ਟੂਰਿਸਟਲ ਇੰਡੀਆ ਤੋਂ। ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਕਿ ਕੈਨੇਡਾ ਤੋਂ ਆਸਟ੍ਰੇਲੀਆ ਸ਼ਿਫਟ ਹੋਣ ਦਾ ਕੀ ਫਾਇਦਾ ਹੈ, ਖਾਸ ਕਰਕੇ ਸਟੂਡੈਂਟ ਨੂੰ ਕੈਨੇਡਾ ਤੋਂ ਆਸਟ੍ਰੇਲੀਆ ਜਾਣ ਦਾ ਕੀ ਬੈਨੀਫਿਟ ਹੈਗਾ। ਦੋਸਤੋ, ਇਸ ਟਾਈਮ ਜਿਹੜੇ ਕੈਨੇਡਾ ਦੇ ਹਾਲਾਤ ਨੇ ਉਹ ਤੁਹਾਨੂੰ ਸਭ ਨੂੰ ਪਤਾ ਹੈ ਕਿ ਬਹੁਤੇ ਵਧੀਆ ਨਹੀਂ ਹੈਗੇ ਜੋਬਸ ਨੂੰ ਲੈ ਕੇ। ਆਪਣੇ ਪੰਜਾਬ ਤੋਂ, ਹਰਿਆਣੇ ਤੋਂ, ਜੇ ਆਪਾਂ ਨੌਰਥ ਇੰਡੀਆ ਤੋਂ ਗੱਲ ਕਰੀਏ, ਲਗਭਗ ਸਾਰੇ ਹੀ ਸਟੂਡੈਂਟ ਸੈਟਲ ਹੋਣ ਜਾਂਦੇ ਹੈ। ਕਿਸੇ ਵੀ ਕੰਟਰੀ ਜਾਈਏ, ਇੰਡੀਆ 'ਚ ਆਪਾਂ ਤੰਗੀਆਂ ਤਰੁਸ਼ੀਆਂ ਨਾਲ ਜੂਝਦੇ ਹੈਗੇ ਹਾਂ, ਸੋ ਪਰਿਵਾਰ ਉੰਨੀ ਤਰੱਕੀ ਨਹੀਂ ਕਰ ਪਾਉਂਦੇ ਜਿੰਨਾ ਉਹ ਚਾਹੁੰਦੇ ਸੀ। ਫਿਰ ਮਾਂ ਬਾਪ ਆਪਣੇ ਬੱਚਿਆਂ ਦੇ ਜ਼ਰੀਏ ਆਪਣੇ ਆਪ ਨੂੰ ਵੇਖਦਾ ਹੁੰਦਾ ਹੈ ਕਿ ਚਲੋ ਮੈਂ ਤਾਂ ਤਰੱਕੀ ਨਹੀਂ ਕਰ ਪਾਇਆ, ਮੈਂ ਤਾਂ ਕਿਤੇ ਸੈਟਲ ਨਹੀਂ ਹੋ ਪਾਇਆ, ਮੇਰੇ ਬੱਚੇ ਕਿਤੇ ਨਾ ਕਿਤੇ ਕਿਸੇ ਚੰਗੇ ਕੰਟਰੀ ਦੇ ਵਿੱਚ ਸੈਟਲ ਹੋ ਜਾਣ। ਸੋ ਸਭ ਤੋਂ ਪਹਿਲਾਂ ਜਿਹੜੀ ਤਰਜੀਹ ਹੈ ਆਪਣੇ ਪੰਜਾਬੀ, ਖਾਸ ਕਰਕੇ ਕੈਨੇਡਾ ਨੂੰ। ਬਟ ਕੈਨੇਡਾ ਦੇ ਵਿੱਚ ਹੁਣ ਕੀ ਹੈ ਕਿ ਜਿੰਨੇ ਵੀ ਸਟੂਡੈਂਟ ਜਾ ਰਹੇ ਨੇ, ਲਗਭਗ ਸਾਰਿਆਂ ਨੂੰ ਹੀ ਜੋਬਸ ਨੂੰ ਲੈ ਕੇ ਬੜੀ ਦਿੱਕਤ ਆ ਰਹੀ ਹੈ। ਹੁਣ ਪਾਰਟ ਟਾਈਮ ਕੰਮ ਕੈਨੇਡਾ ਦੇ ਵਿੱਚ ਨਹੀਂ ਮਿਲ ਰਿਹਾ, ਘਰਾਂ ਨੂੰ ਲੈ ਕੇ ਵੀ ਦਿੱਕਤ ਹੈਗੀ ਹੈ, ਜਿਹੜੇ ਕਿਰਾਏ ਨੇ ਬਹੁਤ ਜ਼ਿਆਦਾ ਵੱਧ ਗਏ ਨੇ, ਕਿਉਂਕਿ ਸਟੂਡੈਂਟ ਬਹੁਤ ਵੱਡੀ ਤਾਦਾਦ ਦੇ ਵਿੱਚ ਪਹੁੰਚ ਚੁੱਕੇ ਨੇ। ਘਰ ਲੈਣਾ ਵੀ, ਯਾਨੀ ਕਿ ਕਿਰਾਏ 'ਤੇ ਘਰ ਲੈਣਾ ਵੀ ਬਹੁਤ ਵੱਡੀ ਸਮੱਸਿਆ ਹੈ ਕੈਨੇਡਾ ਦੇ ਵਿੱਚ, ਅਤੇ ਜੋਬਸ ਹੀ ਤਾਂ ਹੈਗੀ ਹੈ। ਹੁਣ ਸਾਡੇ ਜਿਹੜੇ ਮਾਂ ਪਿਓ ਨੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਇੱਧਰੋਂ ਪੈਸੇ ਕਰ, ਕੋਈ ਉੱਧਰੋਂ ਕਰ, ਕੋਈ ਜ਼ਮੀਨ ਵੇਚ ਵੱਟ, ਕੋਈ ਵਿਆਜੂ ਪੈਸੇ ਚੱਕ ਸਾਨੂੰ ਇੱਕ ਵਾਰੀ ਭੇਜ ਤਾਂ ਦਿੰਦੇ ਹੈ, ਪਰ 2 ਸਾਲ ਦਾ ਸਾਡਾ ਖਰਚਾ ਜਿਹੜਾ ਹੈਗਾ ਉਹ ਨਹੀਂ ਚੱਕ ਸਕਦੇ। ਕਿਉਂਕਿ ਜੇਕਰ ਤੁਸੀਂ ਕੈਨੇਡਾ 'ਚ ਰਹਿੰਦੇ ਹੋ ਤਾਂ ਘੱਟੋ ਘੱਟ ਤੁਹਾਡਾ$1,000 to $1,500 ਜਿਹੜਾ ਹੈਗਾ ਉਹ ਖਰਚਾ ਆ ਜਾਂਦਾ ਰਹਿਣ ਅਤੇ ਖਾਣ ਪੀਣ 'ਤੇ। ਇਸ ਤੋਂ ਇਲਾਵਾ ਆਪਾਂ ਆਪਣੀਆਂ ਫੀਸਾਂ ਵੀ ਕੱਢਣੀਆਂ ਹੁੰਦੀਆਂ ਨੇ। 1 ਸਾਲ ਦੀ ਫੀਸ ਤਾਂ ਔਖੇ ਸੌਖੇ ਮਾਪੇ ਜਿਹੜੇ ਸਾਡੇ ਉਹ ਕੱਢ ਕੇ ਭੇਜ ਦਿੰਦੇ ਨੇ, ਯਾਨੀ ਕਿ ਫੀਸ ਭਰ ਕੇ ਭੇਜ ਦਿੰਦੇ ਹੈ। ਬਟ ਮਾਪਿਆਂ ਨੂੰ ਵੀ ਉਮੀਦ ਰਹਿੰਦੀ ਹੈ ਕਿ ਸਾਨੂੰ ਵੀ ਬੱਚੇ ਕੁਛ ਨਾ ਕੁਛ ਭੇਜਣ, ਚਾਹੇ ਉਹ ਸਟੂਡੈਂਟ ਲਾਈਫ ਹੀ ਹੈ ਉਹਨਾਂ ਦੀ, ਕਿਉਂਕਿ ਸਾਡਾ ਜਿਹੜੀ ਸੋਚ ਹੈ ਉਹ ਇਸ ਤਰ੍ਹਾਂ ਦੀ ਬਣੀ ਹੋਈ ਹੈ। ਬਟ ਕੈਨੇਡਾ ਦੇ ਵਿੱਚ ਹੁਣ ਸਾਰਾ ਕੁਛ ਪਹਿਲਾਂ ਨਾਲੋਂ ਉਲਟ ਹੋ ਰਿਹਾ, ਯਾਨੀ ਕਿ ਜੋਬਸ ਨਹੀਂ ਮਿਲ ਰਹੀਆਂ, ਘਰ ਨਹੀਂ ਮਿਲ ਰਹੇ, ਖਰਚੇ ਬਹੁਤ ਜ਼ਿਆਦਾ ਨੇ, ਇਨਕਮ ਹੈ ਨਹੀਂ। ਸੋ ਜਿੰਨੇ ਵੀ ਨਵੇਂ ਸਟੂਡੈਂਟ ਜਾ ਰਹੇ ਨੇ, 60% to 70% ਸਟੂਡੈਂਟ ਨੂੰ ਹੁਣ ਜਿਹੜੀਆਂ ਉੱਥੇ ਜੋਬਸ ਪਾਰਟ ਟਾਈਮ ਨਹੀਂ ਮਿਲ ਰਹੀਆਂ। ਸੋ ਇਸ ਕਰਕੇ ਹੁਣ ਕੀਤਾ ਕੀ ਜਾਵੇ, ਹੁਣ ਬੱਚੇ ਜਿਹੜੇ ਨੇ ਉੱਥੇ ਜਾ ਕੇ ਫਸ ਚੁੱਕੇ ਨੇ, ਜੋਬਸ ਹੈ ਨਹੀਂ ਅੱਗੇ ਕੋਈ। ਹੁਣ ਜਿਹੜੇ ਬੱਚੇ ਡਿਪਲੋਮੇ ਦੇ ਗਏ ਨੇ ਉਹਨਾਂ ਦਾ ਕੋਈ PR ਦਾ ਤਾਂ ਪਤਾ ਨਹੀਂ, ਜਿਹੜੇ ਖਾਸ ਕਰਕੇ ਓਨਟੈਰੀਓ ਜਾਂ ਬ੍ਰਿਟਿਸ਼ ਕੋਲੰਬੀਆ ਵਰਗੇ ਪ੍ਰੋਵਿੰਸ ਦੇ ਵਿੱਚ ਗਏ ਨੇ। ਇਸ ਤੋਂ ਇਲਾਵਾ ਜਿਹੜੇ ਬੱਚੇ ਹੁਣ ਉੱਥੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਨੇ ਜਾਂ ਜਿਹੜੇ ਹੁਣ ਪ੍ਰਾਈਵੇਟ ਦਾਖਲਾ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਅੱਗੇ ਵਰਕ ਪਰਮਿਟ ਦਾ ਕੋਈ ਤਾਂ ਪਤਾ ਨਹੀਂ ਹੈਗਾ, ਅਤੇ ਜਿਹੜੇ ਬੱਚੇ ਹੁਣ ਡਿਪਲੋਮੇ 'ਤੇ ਜਾਣਗੇ ਉਹ ਆਪਣੇ ਸਪਾਊਸ ਨੂੰ ਨਹੀਂ ਬੁਲਾ ਜਾ ਸਕਣਗੇ। ਸੋ ਬਹੁਤ ਵੱਡੀਆਂ ਦਿੱਕਤਾਂ ਨੇ, ਹੁਣ ਕੀਤਾ ਕੀ ਜਾਵੇ। ਤੁਸੀਂ ਇੱਕ ਕੰਮ ਕਰ ਸਕਦੇ ਹੋ, ਜਿੰਨੇ ਵੀ ਸਟੂਡੈਂਟ ਕੈਨੇਡਾ ਦੇ ਵਿੱਚ ਹੈਗੇ ਨੇ ਜਾਂ ਵਰਕ ਪਰਮਿਟ 'ਤੇ ਹੈਗੇ ਨੇ ਉਹ ਬੜੀ ਈਜ਼ਲੀ ਆਸਟ੍ਰੇਲੀਆ ਸ਼ਿਫਟ ਹੋ ਸਕਦੇ ਨੇ, ਕਿਉਂਕਿ ਜੇ ਤੁਹਾਡੇ ਕੋਲ ਕੈਨੇਡਾ ਦਾ ਸਟੂਡੈਂਟ ਜਾਂ ਵਰਕ ਪਰਮਿਟ, ਈਵਨ ਕਿ ਟੂਰਿਸਟ ਵੀਜ਼ਾ ਵੀ ਹੈਗਾ, ਤਾਂ ਤੁਸੀਂ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਲੈ ਸਕਦੇ ਹੋ ਔਰ ਟੂਰਿਸਟ ਵੀਜ਼ੇ ਨੂੰ ਆਸਟ੍ਰੇਲੀਆ ਜਾ ਕੇ ਕਨਵਰਟ ਕੀਤਾ ਜਾ ਸਕਦਾ ਹੈਗਾ। ਸੋ ਇਹ ਬਹੁਤ ਈਜ਼ੀ ਸਟੈਪ ਹੈਗਾ ਦੋਸਤੋ, ਜੇਕਰ ਤੁਸੀਂ ਕੈਨੇਡਾ ਦੇ ਵਿੱਚ ਹੈਗੇ ਹੋ, ਤੁਹਾਡਾ ਸਟੇਟਸ ਕੈਨੇਡਾ ਦੇ ਵਿੱਚ ਲੀਗਲ ਹੈਗਾ, ਤਾਂ ਤੁਸੀਂ ਕੈਨੇਡਾ ਤੋਂ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਪਾ ਸਕਦੇ ਹੋ। ਸਬ ਕਲਾਸ 600 ਵੀਜ਼ਾ ਜਿਹੜਾ ਹੈਗਾ ਇਹ ਅਪਲਾਈ ਹੁੰਦਾ ਹੈ, ਇਹਦੀ ਜਿਹੜੀ ਮੈਕਸੀਮ ਵੈਲਿਡਿਟੀ ਹੈ ਉਹ 3 ਸਾਲ ਹੁੰਦੀ ਹੈ, ਅਤੇ ਤੁਸੀਂ ਇੱਕ ਵਾਰ 'ਚ ਉੱਥੇ 3 ਮਹੀਨੇ ਤੱਕ ਸਟੇ ਕਰ ਸਕਦੇ ਹੋ। ਪਰ ਤੁਹਾਡੇ ਕੋਲ ਆਪਸ਼ਨ ਇਹ ਹੁੰਦੀ ਹੈ, ਜਦੋਂ ਤੁਸੀਂ ਸਟੂਡੈਂਟ ਵੀਜ਼ੇ 'ਤੇ ਆਸਟ੍ਰੇਲੀਆ ਪਹੁੰਚ ਸਕਦੇ ਹੋ, ਤਾਂ ਤੁਸੀਂ ਆਪਦੇ ਸਟੂਡੈਂਟ ਵੀਜ਼ੇ ਨੂੰ ਸਟੱਡੀ ਵੀਜ਼ਾ ਦੇ ਵਿੱਚ ਕਨਵਰਟ ਕਰ ਸਕਦੇ ਹੋ। ਅਤੇ ਕਿਰਾਂ ਜਦੋਂ ਸਟੱਡੀ ਵੀਜ਼ਾ ਕਨਵਰਟ ਹੋ ਗਿਆ,
ਸਟੱਡੀ ਕੰਪਲੀਟ ਹੋਣ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲੇਗਾ ਅਤੇ ਵਰਕ ਪਰਮਿਟ ਤੋਂ ਬਾਅਦ PR। ਆਸਟ੍ਰੇਲੀਆ ਦੇ ਵਿੱਚ ਕੀ ਬੈਨੀਫਿਟ ਹੈ, ਇੱਕ ਤਾਂ ਕੈਨੇਡਾ ਨਾਲੋਂ ਜਿਹੜੀ ਫੀਸ ਹੈਗੀ ਹੈ ਸਟੱਡੀ ਦੀ ਉਹ ਘੱਟ ਹੈ, ਦੂਜਾ ਘਰ ਵੀ ਸਸਤੇ ਨੇ, ਅਤੇ ਤੀਜਾ ਅੱਜ ਦੀ ਡੇਟ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕੰਮ ਦੀ ਕੋਈ ਕਮੀ ਨਹੀਂ ਹੈਗੀ, ਕੋਈ ਵੀ ਬੱਚਾ ਫੁੱਲ ਟਾਈਮ ਕੰਮ ਕਰ ਸਕਦਾ ਹੈਗਾ, ਔਰ ਕੈਨੇਡਾ ਨਾਲੋਂ ਆਸਟ੍ਰੇਲੀਆ ਦੇ ਵਿੱਚ ਪੇ ਆਊਟ ਵੀ ਜ਼ਿਆਦਾ ਹੈਗਾ, ਤੁਹਾਨੂੰ ਘੰਟੇ ਦੀ ਜਿਹੜੀ ਸੈਲਰੀ ਹੈਗੀ ਹੈ ਉਹ ਵੀ ਜ਼ਿਆਦਾ ਮਿਲਦੀ ਹੈ। ਜਿਵੇਂ ਕੈਨੇਡਾ ਦੇ ਵਿੱਚ ਆਪਣੇ ਬੱਚੇ $10-10 ਘੰਟੇ 'ਤੇ ਵੀ ਕੰਮ ਕਰਨ ਲਈ ਮਜਬੂਰ ਨੇ, ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ, ਆਸਟ੍ਰੇਲੀਆ ਤੁਹਾਨੂੰ ਮਿਨੀਮਮ $25 ਤੋਂ ਤੁਹਾਡੀ ਜਿਹੜੀ ਜੋਬਸ ਹੈਗੀ ਹੈ ਉਹ ਸਟਾਰਟ ਹੁੰਦੀ ਹੈ, ਤੁਸੀਂ $25 ਤੋਂ ਆਪਦੀ ਜੋਬ ਜਿਹੜੀ ਹੈਗੀ ਹੈ ਸਟਾਰਟ ਕਰ ਸਕਦੇ ਹੋ। ਤੁਸੀਂ ਆਪਦੇ ਖਰਚੇ ਤੋਂ ਇਲਾਵਾ, ਆਪਦੀਆਂ ਫੀਸਾਂ ਤੋਂ ਇਲਾਵਾ ਕੁਛ ਬਚਾ ਕੇ ਪੈਸੇ ਆਪਦੇ ਘਰ ਵੀ ਜਿਹੜੇ ਹੈਗੇ ਹੈ ਉਹ ਭੇਜ ਸਕਦੇ ਹੈਗੇ ਹੋ। ਸੋ ਦੋਸਤੋ, ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਜਿਹੜੇ ਬੱਚੇ ਹੁਣ ਕੈਨੇਡਾ ਦੇ ਵਿੱਚ ਫਸਿਆ ਹੋਇਆ ਮਹਿਸੂਸ ਕਰ ਰਹੇ ਨੇ, ਉਹਨਾਂ ਲਈ ਈਜ਼ੀ ਤਰੀਕਾ ਹੈ ਕਿ ਉਹ ਕੈਨੇਡਾ ਤੋਂ ਆਸਟ੍ਰੇਲੀਆ ਮੂਵ ਹੋ ਸਕਦੇ ਹੈ, ਬਹੁਤ ਵਧੀਆ ਤਰੀਕੇ ਨਾਲ ਮੂਵ ਹੋ ਸਕਦੇ ਹੈ, ਅਤੇ ਉੱਥੇ ਜਾ ਕੇ ਤੁਸੀਂ ਸੈਟਲ ਵੀ ਹੋ ਸਕਦੇ ਹੋ, ਕੈਨੇਡਾ ਤੋਂ ਵਧੀਆ ਪੈਸੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਕਮਾ ਸਕਦੇ ਹੋ, ਔਰ ਸਾਡੀ ਕੰਪਨੀ ਇਹ ਸਾਰੇ ਪ੍ਰੋਸੈਸ ਦੇ ਵਿੱਚ ਥੋੜ੍ਹੀ ਹੈਲਪ ਕਰੇਗੀ। ਕਿਉਂ? ਕਿਉਂਕਿ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਲੈਣ ਲਈ ਤੁਹਾਨੂੰ ਕਿਸੇ ਤਰ੍ਹਾਂ ਦੇ ਬਾਇਓਮੈਟ੍ਰਿਕ ਦੇਣ ਦੀ ਜ਼ਰੂਰਤ ਨਹੀਂ, ਤੁਹਾਨੂੰ ਆਪਦੀ ਫਾਈਲ ਜਿਹੜੀ ਹੈਗੀ ਹੈ ਉਹ ਅੰਬੈਸੀ ਵਿੱਚ ਲੈ ਕੇ ਜਾਣੀ ਜ਼ਰੂਰਤ ਨਹੀਂ, ਕਿਉਂਕਿ ਇਹ ਸਾਰਾ ਪ੍ਰੋਸੈਸ ਜਿਹੜਾ ਹੈਗਾ ਇਹ ਔਨਲਾਈਨ ਹੈ। ਤੁਸੀਂ ਸਾਨੂੰ ਆਪਦੇ ਸਾਰੇ ਪੇਪਰ ਔਨਲਾਈਨ ਭੇਜੋਗੇ, ਯਾਨੀ ਕਿ ਮੇਲ 'ਤੇ ਆਪਦੇ ਪੇਪਰ ਸਕੈਨ ਕਰਕੇ ਭੇਜ ਸਕਦੇ ਹੈਗੇ ਹੋ। ਅਸੀਂ ਇੰਡੀਆ ਤੋਂ ਹੀ ਤੁਹਾਡੀ ਜਿਹੜੀ ਫਾਈਲ ਹੈਗੀ ਹੈ ਔਨਲਾਈਨ ਟੂਰਿਸਟ ਵੀਜ਼ਾ ਦੀ ਸਬਮਿਟ ਕਰਾਂਗੇ, ਕਿਉਂਕਿ ਬਾਇਓਮੈਟ੍ਰਿਕ ਦੀ ਜ਼ਰੂਰਤ ਨਹੀਂ ਹੈਗੀ ਹੈ, ਅਤੇ ਜਦੋਂ ਵੀਜ਼ਾ ਆ ਜਾਏਗਾ ਤੁਸੀਂ ਉੱਥੇ ਪਹੁੰਚ ਜਾਂਗੇ, ਅਸੀਂ ਤੁਹਾਡੀ ਉੱਥੇ ਵੀ ਤੁਹਾਡਾ ਟੂਰਿਸਟ ਵੀਜ਼ੇ ਨੂੰ ਅਸੀਂ ਸਟੱਡੀ ਵੀਜ਼ੇ ਦੇ ਵਿੱਚ ਕਨਵਰਟ ਕਰਨ ਦੀ ਹੈਲਪ ਕਰਾਂਗੇ। ਸੋ ਦੋਸਤੋ, ਉਮੀਦ ਕਰਦਾ ਕਿ ਤੁਹਾਨੂੰ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਹੋਏਗੀ, ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਕਿਸੇ ਨਾ ਕਿਸੇ ਕੰਟਰੀ ਦੇ ਵਿੱਚ ਫਸੇ ਬੈਠੇ ਨੇ ਅਤੇ ਮਹਿਸੂਸ ਕਰਦੇ ਨੇ ਕਿ ਅਸੀਂ ਉਰੇ ਆ ਕੇ ਗਲਤ ਸਟੈਪ ਲੈ ਲਿਆ, ਅਸੀਂ ਉਰੇ ਆ ਕੇ ਫਸ ਗਏ। ਉਹ ਸਾਰੇ ਲੋਕ ਕੈਨੇਡਾ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਆਸਟ੍ਰੇਲੀਆ ਮੂਵ ਹੋ ਸਕਦੇ ਨੇ ਅਤੇ ਉੱਥੇ ਜਾ ਕੇ ਸੈਟਲ ਹੋ ਸਕਦੇ ਨੇ। ਸੋ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੋਣਗੀ, ਜੇ ਵੀਡੀਓ ਅੱਛੀ ਲੱਗ ਰਹੀ ਹੈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ। ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਆਪਦਾ ਕੇਸ ਡਿਸਕਸ ਕਰਨਾ ਚਾਹੁੰਦੇ ਹੋ, ਕੇਸ ਅਪਲਾਈ ਕਰਨਾ ਚਾਹੁੰਦੇ ਹੋ, ਸਕਰੀਨ 'ਤੇ 3 ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਧੰਨਵਾਦ, ਸਤਿ ਸ਼੍ਰੀ ਅਕਾਲ।